ਅਗਲੇ ਰਾਤ ਦਾ ਵਕਫਾ ਬਣਾ ਕੇ ਤੇ ਪਰਚਾ ਕੱਟਦਾ ਆ ਜਦੋਂ ਕਿ ਕਹਿ ਰਹੇ ਨੇ ਵੀ ਅਸੀਂ ਮੋਬਾਈਲ ਫੋਨ ਚੈੱਕ ਕੀਤਾ ਮੋਬਾਈਲ ਤੇ ਮੇਰਾ ਚੈੱਕ ਹੀ ਨਹੀਂ ਕੀਤਾ ਨਾ ਜਦੋਂ ਮੈਨੂੰ ਮਿਲੇ ਆ ਨਾ ਉਦੋਂ ਕੀਤਾ ਰਾਤ 12 ਵਜੇ ਪਰਚਾ ਕੱਟਣ ਡਏ ਨੇ ਉਸ ਟਾਈਮ ਮੈਂ ਆਪਣੇ ਘਰ ਸੁੱਤਾ 11 ਸਾਲ ਦੇ ਬੱਚੇ ਦੇ ਪਰਚਾ ਦਿੱਤਾ ਹਾਂਜੀ ਯਾਰ ਉੱਥੇ ਵੀ ਪਰਚਾ ਦਿੱਤਾ ਜੀ ਪਰ ਪਤਾ ਨਹੀਂ ਕਿ 11 ਸਾਲ ਦੇ ਬੱਚੇ ਦੇ ਪਰਚਾ ਦੇਣ ਵੇਲੇ ਬਹੁਤ ਸਾਰੀਆਂ ਇਹਨਾਂ ਨੂੰ ਤੁਹਾਡਾ ਕੋਲ ਇਨਵੈਸਟੀਗੇਸ਼ਨ ਕੀਤੀ ਗਈ ਇਸ ਚੀਜ਼ ਦੀ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਮੈਨੂੰ ਸਿਰਫ ਇੱਕ ਕਾਲ ਆਈ ਆ ਜਦੋਂ ਮੈਨੂੰ ਫੋਟੋਆਂ ਭੇਜੀਆਂ ਨੇ ਉਸ ਤੋਂ ਬਾਅਦ ਮੈਂ ਵਿਆਹ ਤੇ ਗਿਆ ਅਮਰਸਰ ਪਹਿਲੇ ਚ ਉੱਥੇ ਮੈਨੂੰ ਮਿਲੇ ਆ ਸਾਸਰੀ ਗੱਲ ਸਾਸਰੀ ਗੱਲ ਹੋਈ ਆ ਹੋਰ ਇਹਨਾਂ ਮੇਨਾਂ ਕੋਈ ਗੱਲ ਨਹੀਂ ਕੀਤੀ ਲਸੰਸੀ ਹਥਿਆਰਾਂ ਦੇ ਉੱਤੇ ਸਖਤੀ ਕਰਨ ਦਾ ਮਾਮਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਤਾਂ ਉਸ ਦੇ ਵਿੱਚ ਹੁਣ ਇੱਕ ਹਾਸੋਹੀਨ ਮਾਮਲਾ ਪੰਜਾਬ ਦੇ ਅਮਰਸਰ ਵਿਖੇ ਸਾਹਮਣੇ ਆਇਆ ਜਿੱਥੇ ਕਿ ਚੁੰਡਾ ਦੇਵੀ ਇਲਾਕੇ ਦੇ ਵਿੱਚ ਇੱਕ 10 ਸਾਲ ਦੇ ਬੱਚੇ ਦੇ ਉੱਤੇ ਹੀ ਪਰਚਾ ਦਰਜ ਕਰ ਦਿੱਤਾ ਗਿਆ ਹੈ ਦਰਅਸਲ ਤਸਵੀਰ ਵੀ ਉਸ ਬੱਚੇ ਦੀ ਪੁਰਾਣੀ ਹੈ ਤਾਂ ਬਿਨਾਂ ਕੋ ਕਿਤਿਆਂ ਹੀ ਲਗਾਤਾਰ ਸਿਰਫ ਆਪਣੇ ਨੰਬਰ ਬਣਾਉਣ ਵਾਸਤੇ ਉਸ ਤੇ ਪਰਚਾ ਦਰਜ ਕੀਤਾ ਗਿਆ ਹੈ ਤਾਂ ਸਭ ਤੋਂ ਪਹਿਲਾਂ ਉਹ ਤਸਵੀਰ ਵੀ ਤੁਹਾਨੂੰ ਸਾਂਝੀ ਕਰ ਰਿਹਾ ਹਾਂ ਤੁਸੀਂ ਤਸਵੀਰ ਜਿਹੜੀ ਆਪਣੀ ਟੀਵੀ ਸਕਰੀਨ ਤੇ ਇਸ ਵੇਲੇ ਵੇਖ ਰਹੇ ਹੋ ਅਸੀਂ ਇਸ ਨੂੰ ਨਹੀਂ ਦਿਖਾ ਸਕਦੇ ਕਿਉਂਕਿ ਛੋਟਾ ਬੱਚਾ ਇਸ ਕਰਕੇ ਅਸੀਂ ਨੂੰ ਬਲਰ ਕਰਕੇ ਦਿਖਾ ਰਹੇ ਹਾਂ ਪੂਰੇ ਤਰੀਕੇ ਦੇ ਨਾਲ ਪਰ ਵੱਡਾ ਸਵਾਲ ਹੈ ਕਿ ਆਖਿਰਕਾਰ ਇਸ ਤਰ੍ਹਾਂ ਦੇ ਕੰਮ ਕਿਉਂ ਪੁਲਿਸ ਇਨੀ ਜਲਦਬਾਜੀ ਚ ਕਿਉਂ ਕੰਮ ਕਰਦੀ ਹੈ ਜਦੋਂ ਅਪਰਾਧ ਹੁੰਦਾ ਹੈ ਉਸ ਲਈ ਪੁਲਿਸ ਦਾ ਕੰਮ ਢਿੱਲਾ ਹੁੰਦਾ ਹੈ ਲੇਕਿਨ ਪਰਚੇ ਇਸ ਤਰ੍ਹਾਂ ਦੇ ਦੇਣ ਵੇਲੇ ਜਿਹੜਾ ਹੈ ਲਗਾਤਾਰ ਪੁਲਿਸ ਬਹੁਤ ਕਾਲੀ ਕਰਦੀ ਹੈ ਤੇ ਇਸ ਲਈ ਪਰਿਵਾਰਕ ਮੈਂਬਰ ਸਾਡਾ ਮੌਜੂਦ ਨੇ ਜਿਨ੍ਹਾਂ ਦੇ ਉੱਤੇ ਕਿ ਪਰਚਾ ਦਰਜ ਕੀਤਾ ਗਿਆ ਹੈ ਸਰ ਕੀ ਮਾਮਲਾ ਹੈ ਜੀ ਕਿ ਜਿਹੜਾ ਤੁਹਾਡਾ ਦਰਜ ਕੇਸ ਦਰਜ ਕੀਤਾ ਗਿਆ ਕੀ ਹੈ ਕਿ ਸਭ ਤੋਂ ਪਹਿਲਾਂ ਤਾਂ ਤਸਵੀਰ ਦਾ ਸੱਚ ਕੀ ਹੈ ਤਸਵੀਰ ਦਾ ਸੱਚ ਹੈ ਜੀ ਉਹ 2015 ਦੇ ਵਿੱਚ ਬੇਟੇ ਮੇਰੇ ਦੀ ਉਸ ਟਾਈਮ ਉਮਰ 4 ਸਾਲ ਦੀ ਸੀ ਘਰ ਬੈਠੇ ਸੀ ਘਰ ਦੇ ਵਿੱਚ ਹੀ ਰਫਲ ਪਈ ਤੇ ਉਹ ਪਾ ਕੇ ਜਿੱਦਾਂ ਬੱਚੇ ਸ਼ੌਕ ਨਾਲ ਫੋਟੋ ਲਈ ਆ ਉਹ ਲਾ ਕੇ ਤੇ ਫੇਸਬੁੱਕ ਤੇ ਮੈਂ ਆਪਣੀ ਆਈਡੀ ਤੇ ਲਾ ਲਈ ਉਹ ਫਿਰ ਮੈਂ ਡਿਲੀਟ ਵੀ ਕਰਤੀ ਉਹ ਉਦਾਂ ਹੀ ਵਿੱਚ ਪੋਸਟ ਪਈ ਰਹੀ ਮੇਰੇ ਮੈਨੂੰ ਜਾਣੂ ਤੇ ਯਾਦ ਵੀ ਨਹੀਂ ਗਈ ਵੀ ਉਹ ਅਜੇ ਵੀ ਵਿੱਚ ਫੇਸਬੁੱਕ ਦੇ ਵਿੱਚ ਹੈਗੀ ਆ ਮੈਨੂੰ 2 ਦਿਨ ਦੋ ਦਿਨ ਪਹਿਲਾਂ ਐਸਐਚਓ ਕੱਥੂ ਨੰਗਲ ਦੀ ਕਾਲ ਆਈ ਆਂਦਾ ਵੀ ਤੇਰੀ ਕਿੱਥੇ ਆ ਮੈਂ ਮੈਂ ਤੇ ਇੱਥੇ ਨਹੀਂ ਆ ਜੀ ਮੈਂ ਆਪਣੀ ਏਜੰਸੀ ਗਿਆ ਆ ਅਗੇ ਤੇਰੀ ਫੇਸਬੁੱਕ ਤੇ ਫੋਟੋਆਂ ਪਈਆਂ ਨੇ ਕਿਹੜੀਆਂ ਨੇ ਉਹ ਮੈਂ ਜੀ ਕਿਹੜੀਆਂ ਇਹਨਾਂ ਨੇ ਮੈਨੂੰ ਵਟਸਐਪ ਕਰਤੀਆਂ ਫੋਟੋਆਂ ਮੈਨੂੰ ਦਿਖਾਈਆਂ ਗਈਆਂ ਮੈਂ ਕਿਹਾ ਜੀ ਇਹ ਤੇ ਮੇਰੇ ਇੱਕ ਤੇ ਮੇਰਾ ਭਣ ਜਾਇਆ ਇੱਕ ਮੇਰਾ ਬੇਟਾ ਆ ਇੱਕ ਸਾਡੇ ਪਿੰਡ ਦਾ ਹੀ ਪੱਤਰਕਾਰ ਆ ਉਹ ਦੀਆਂ ਤੇ ਸਾਡੇ ਘਰ ਚ ਹੀ ਬੈਠੇ ਫੰਕਸ਼ਨ ਚੱਲਣ ਡਿਆ ਹੀ ਘਰ ਹੀ ਬੈਠੇ ਆ ਫਿਰ ਬਰਥਡੇ ਕੇ ਕੇ ਦਾ ਉਹ ਬੈਠੇ ਤੇ ਉਹਦੇ ਵਿੱਚ ਘਰੇ ਬੈਠੇ ਸਾਈ ਕੋਈ ਫੈਮਿਲੀ ਮੈਂਬਰ ਬੈਠੇ ਕੋਈ ਬਾਹਰ ਉਹ ਨਹੀਂ ਕੋਈ ਪਾਰਟੀ ਨਹੀਂ ਕਰਨ ਡਏ ਤੇ ਉਦੋਂ ਦੀਆਂ ਫੋਟੋਆਂ ਨੇ ਤੇ ਆਂਦੇ ਵੀ ਇਹ ਮੈਨੂੰ ਨਾਂ ਲਗਾ ਮੈਂ ਨਾਂ ਦੱਸ ਤੇ ਪਿਆ ਲੋ ਜੀ ਆਹ ਕੌਣ ਆ ਮੁੰਡਾ ਮੈਂ ਜੀ ਮੇਰਾ ਭਾਨਾ ਜੇ ਕਿਤੇ ਰਹਿੰਦਾ ਮੈਂ ਕਹਾਂ ਜੀ ਉਹ ਮੁਹੱਲੀ ਆ ਡਾਕਟਰੀ ਕਰ ਰਿਹਾ ਐ ਐਮ ਬੀਬੀਐਸ ਆ ਮੁੰਡਾ ਤੇ ਉਹਦੀਆਂ ਵੀ ਪੁਰਾਣੀਆਂ ਫੋਟੋਆਂ ਨੇ ਉਹਦੀ ਉਮਰ ਵੀ ਉਸ ਟਾਈਮ 20 ਸਾਲ ਤੋਂ ਘੱਟ ਸੀ ਤੇ ਉਹ ਇਹਨਾਂ ਨੇ ਆਂਦੇ ਚਲੋ ਠੀਕ ਆ ਫਿਰ ਉਸ ਤੋਂ ਅਗਲੇ ਦਿਨ ਮੈਨੂੰ ਉੱਥੇ ਇੱਕ ਵਿਆਹ ਦੇ ਮਿਲੇ ਆ ਮੈਂ ਜੀ ਕੋਈ ਗੱਲ ਆਂਦੇ ਨਹੀਂ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਮੈਂ ਵੈਰੀਫਾਈ ਕਰ ਲਿਆ ਆ ਪਰ ਅਗਲੇ ਰਾਤ ਦਾ ਵਕਵਾ ਬਣਾ ਕੇ ਤੇ ਪਰਚਾ ਕੱਟਦਾ ਆ ਜਦੋਂ ਕਿ ਕਹਿ ਰਹੇ ਨੇ ਵੀ ਅਸੀਂ ਮੋਬਾਈਲ ਫੋਨ ਚੈੱਕ ਕੀਤਾ ਮੋਬਾਈਲ ਤੇ ਮੇਰਾ ਚੈੱਕ ਹੀ ਨਹੀਂ ਕੀਤਾ ਨਾ ਜਦੋਂ ਮੈਨੂੰ ਮਿਲੇ ਆ ਨਾ ਉਦੋਂ ਕੀਤਾ ਰਾਤ 12 ਵਜੇ ਪਰਚਾ ਕਟਣ ਡੇ ਨੇ ਉਸ ਟਾਈਮ ਮੈਂ ਆਪਣੇ ਘਰ ਸੁੱਤਾ ਮੇਰੇ ਫੋਨ ਦੀਆਂ ਲੋਕੇਸ਼ਨਾਂ ਘੜਾ ਲਓ ਪਰਚਾ ਕੱਥੂ ਨੰਗਲ ਦਾ ਕਟਣ ਡੇ ਮੈਂ ਆਪਣੇ ਘਰ ਚੁੰਡਾ ਦੇ ਵੀ ਬੈਠਾ ਆ ਪਰ ਸਰ ਇਹ ਫੋਟੋ ਕਿੰਨੀ ਧੇਰ ਪੁਰਾਣੀ ਹੈ ਜਿਸ ਆਧਾਰ ਤੇ ਪਰਚਾ ਦਰਜ ਕੀਤਾ ਗਿਆ ਇਹ ਜੀ 2015 ਚ ਅਪਲੋਡ ਹੋਈ ਆ ਕੱਟ ਜੋ ਤੇ ਅਜੇ ਤੋਂ ਕੋਈ 7 ਸਾਲ ਪਹਿਲਾਂ ਇਹ ਫੋਟੋ ਅਪਲੋਡ ਕੀਤੀ ਹੈ 7 ਸਾਲ ਪੁਰਾਣੀ ਫੋਟੋ ਤੇ ਪਰਚਾ 7 ਸਾਲ ਪੁਰਾਣੀ ਫੋਟੋ ਤੇ ਪਰਚਾ ਕੀਤਾ ਮੇਰੇ ਕੋ ਸਕਰੀਨ ਸ਼ਾਟ ਹੈਗੇ ਨੇ ਮੈਂ ਪ੍ਰਿੰਟ ਆਊਟ ਲਏ ਨੇ ਫੇਸਬੁੱਕ ਚੋਂ ਇਹ ਮੈਨੂੰ ਇਹਨਾਂ ਨੇ ਕਿਹਾ ਡਿਲੀਟ ਕਰ ਦੇ ਮੈਂ ਜੇ ਮੈਂ ਡਿਲੀਟ ਕਰ ਦਿੰਨਾ ਮੈਂ ਫੇਸਬੁੱਕ ਤੋਂ ਡਿਲੀਟ ਵੀ ਕਰਤੀਆਂ ਪਰ ਡਿਲੀਟ ਕਰਨ ਤੋਂ ਪਹਿਲਾਂ ਮੈਂ ਉਹਦੇ ਸਕਰੀਨ ਸ਼ਾਟ ਲੈ ਲੇ ਮੈਨੂੰ ਸ਼ੱਕ ਹੀ ਵੀ ਇਹ ਕਰਨਗੇ ਕੁਝ ਵੀ ਇਹ ਸਿਆਸੀ ਰੰਜਸ਼ ਅਧੀਨ ਪਰਚਾ ਹੋ ਰਿਹਾ ਆ ਮੈਂ ਕਿਉਂਕਿ ਮੈਂ ਸ਼੍ਰੋਮਣੀ ਕਾਲੀਦਾ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਸਾਡਾ ਪਰਿਵਾਰ ਜੁੜਿਆ ਤੇ ਉਸੇ ਰੰਜਸ ਦੇ ਅਧੀਨ ਇਹਨਾਂ ਨੇ ਪਰਚਾ ਕੀਤਾ ਮੇਰੇ ਤੇ ਤਾਂ 4 ਸਾਲ ਦੇ ਬੱਚੇ ਤੇ ਵੀ ਪਰਚਾ ਦਰਜ ਕੀਤਾਗੇ ਹਾਂਜੀ ਉਹ ਜਿਸ ਟਾਈਮ ਦੀ ਫੋਟੋ ਉਦੋਂ ਬੱਚੇ ਦੀ ਉਮਰ 4 ਸਾਲ ਸੀ ਹੁਣ 11 ਸਾਲ ਹੁਣ 11 ਸਾਲ ਆ ਬੱਚੇ ਦੇ 11 ਸਾਲ ਦੇ ਬੱਚੇ ਤੇ ਪਰਚਾ ਦਿੱਤਾ ਹਾਂਜੀ 11 ਉੱਥੇ ਵੀ ਪਰਚਾ ਦਿੱਤਾ ਜੀ ਪਰ ਪਤਾ ਨਹੀਂ ਕਿ 11 ਸਾਲ ਦੇ ਬੱਚੇ ਦੇ ਪਰਚਾ ਦੇਣ ਵੇਲੇ ਬਹੁਤ ਸਾਰੀਆਂ ਇਹਨਾਂ ਨੂੰ ਤੁਹਾਡਾ ਇਨਵੈਸਟੀਗੇਸ਼ਨ ਕੀਤੀ ਗਈ ਇਸ ਚੀਜ਼ ਦੀ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਮੈਨੂੰ ਸਿਰਫ ਇੱਕ ਕਾਲ ਆਈ ਆ ਜਦੋਂ ਮੈਨੂੰ ਫੋਟੋਆਂ ਭੇਜੀਆਂ ਨੇ ਉਸ ਤੋਂ ਬਾਅਦ ਮੈਂ ਵਿਆਹ ਤੇ ਗਿਆ ਅਮਰਸਰ ਪਹਿਲੇ ਚ ਉੱਥੇ ਮੈਨੂੰ ਮਿਲੇ ਆ ਸਾਸਰੀ ਘਰ ਸਾਸਰੀ ਘਰ ਹੋਈ ਆ ਹੋਰ ਇਹਨਾਂ ਮੇਨਾਂ ਕੋਈ ਗੱਲ ਨਹੀਂ ਕੀਤੀ ਤਰਕੂ ਆਵਾਂਗੇ ਕਿੰਨੇ ਪੰਜ ਬੰਦੇ ਦੇ ਪਰਚਾ ਜਰਾ ਦਰਜ ਕੀਤਾ ਗਿਆ ਚਾਰ ਮੈਂਬਰਾਂ ਦਾ ਕੀਤਾ ਜੀ ਕਿਹਦੇ ਕਿਹਦੇ ਦੇ ਸਰਦਾਰ ਭਾਜੀ ਭੁਵਿੰਦਰ ਸਿੰਘ ਤੇ ਇਹਨਾਂ ਦੇ ਭਾਂਜੇ ਤੇ ਇਹਨਾਂ ਦੇ ਬੇਟੇ ਤੇ ਤੇ ਮੇਰੇ ਤੇ ਜੀ ਪਰ ਸਾਰਿਆਂ ਦੀ ਤਸਵੀਰਾਂ ਹੀ ਆ ਹਾਂਜੀ ਸਾਰਿਆਂ ਦੀ ਤਸਵੀਰਾਂ ਮੇਰੀ ਵੀ तकरीबन 5 ਸਾਲ ਪਹਿਲਾਂ ਦੀ ਹੈ ਜੀ 20 ਮਾਰਚ 2017 ਨੂੰ ਭਾਈ ਦੀ ਆਈਡੀ ਤੋਂ ਪਈ ਸੀਗੀ ਉਦੋਂ ਮੈਂ ਮੋਨਾ ਸੀਗਾ ਜੀ ਤੇ ਅੱਜ ਮੈਂ ਉਹਨਾਂ ਨੂੰ ਮਿਲ ਕੇ ਵੀ ਆਇਆ ਦੱਸਿਆ ਵੀ ਸੀਗਾ ਤੇ ਇੰਦੇ ਕੋਈ ਗੱਲ ਨਹੀਂ ਮੈਂ ਵੈਰੀਫਿਕੇਸ਼ਨ ਕਰਤੀ ਕੋਈ ਐਵੇਂ ਦਾ ਨਹੀਂ ਕੰਮ ਹੁੰਦਾ ਆਈ ਕਰ ਲੀਏ ਜਾਂਚ ਪਰ ਤਾਰ ਪਰਦੀਸ ਤਿਕਾ ਨਾ ਕੀ ਪਰਚਾ ਦਿੱਤਾ ਜਾ ਰਿਹਾ ਹੈ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਇਹ ਜੀ ਬਸ ਰੰਜਿਸ਼ ਹੀ ਆ ਜੀ ਪਤਾ ਨਹੀਂ ਕਿਹੜੀ ਕਿਹੜੀ ਰੰਜਿਸ਼ ਕੱਢਣੇ ਨੇ ਐਸਐਚਓ ਸਾਹਿਬ ਸਾਡੇ ਨਾਲ ਉਹ ਤਾਂ ਮਿਲੇ ਵੀ ਆ ਜੇ ਆਪਣੇ ਕਰ ਲੈਣ ਭਾਜੀ ਨੇ ਦੱਸਿਆ ਵੀ ਸੀਗਾ ਵੀ ਲਿਸੈਂਸੀ ਹਥਿਆਰ ਆ ਘਰ ਬੈਠੇ ਇੱਕ ਫੰਕਸ਼ਨ ਤੇ ਉੱਤੇ ਬੱਚਿਆਂ ਨੇ ਫੋਟੋਆਂ ਖਿੱਚੀਆਂ ਆ ਤੇ ਪਰ ਉਹ ਕਹਿ ਕਹਿੰਦੇ ਏ ਸੀਗਾ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਉਹਨਾਂ ਨੇ ਪਰਚਾ ਕੱਟ ਕੇ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਆ ਜੀ ਤੁਸੀਂ ਇਹਦੇ ਖਿਲਾਫ ਕੀ ਕਾਰਵਾਈ ਕਰਨ ਜਾ ਰਹੇ ਹੋ ਕਿਉਂਕਿ ਇੱਕ ਪਰਚਾ ਦਰਜ ਕਰ ਦਿੱਤਾ ਗਿਆ ਤੁਹਾਡੇ ਉੱਤੇ ਜੀ ਬਿਨਾ ਇਨਵੈਸਟੀਗੇਸ਼ਨ ਤੋਂ ਇਹ ਪਰਚਾ ਜਿਹੜਾ ਉਹ ਦਰਜ ਹੋਇਆ ਵਾ ਜਾਂਦੇ ਇਨਵੈਸਟੀਗੇਸ਼ਨ ਕਰਕੇ ਪਰਚਾ ਕੈਨਸਲ ਕਰਨ ਨਹੀਂ ਤੇ ਜੋ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਸਾਡੇ ਵੱਲੋਂ ਕੀਤੀ ਜਾਏਗੀ ਜੀ ਕਰਿਜੋਗੇ ਬਿਲਕੁਲ ਜੀ ਅਦਾਲਤ ਦਾ ਰੁਖ ਬਣਾਓਗੇ ਜੀ ਜਿਸ ਤਰ੍ਹਾਂ ਕਿ ਬੱਚੇ ਨੂੰ ਬੱਚੇ ਦਾ ਪਰਚਾ ਦਿੱਤਾ ਗਿਆ 10 ਸਾਲ ਦੇ ਬੱਚੇ ਦਾ ਬਿਲਕੁਲ ਜੀ ਮੇਰੀ ਕੱਲ ਮਜੀਠੀਆ ਸਾਹਿਬ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਜੇ ਨਹੀਂ ਕਰਦੇ ਕੈਨਸਲ ਤੇ ਅਦਾਲਤ ਦਾ ਰੋਕ ਕਰਾਂਗੇ ਤੋਂ ਤੁਸੀਂ ਪੁਲਿਸ ਕੋ ਗਏ ਦੁਬਾਰਾ ਉਹ ਕੋ ਜਦੋਂ ਦੱਸਿਆ ਨੂੰ 10 ਸਾਲ ਦੇ ਬੱਚੇ ਤੇ ਹਾਂਜੀ ਮੈਂ ਮਿਲ ਕੇ ਆਇਆ ਕੱਲ ਮਿਲ ਕੇ ਆਇਆ ਜੀ ਥਾਣੇ ਜਾ ਕੇ ਮੈਂ ਜੀ ਤੁਸੀਂ ਗਲਤ ਕੀਤਾ ਨਜਾਇਜ਼ ਪਰਚਾ ਕਰਤਾ ਬੱਚੇ ਤੇ ਅੰਦੇ ਨਹੀਂ ਕੋਈ ਗੱਲ ਨਹੀਂ ਮੈਂ ਇਨਵੈਸਟੀਗੇਸ਼ਨ ਕਰਾਂਗਾ ਐਫ ਆਰ ਦੀ ਕਾਪੀ ਹੈ ਤੁਹਾਡੇ ਕੋ ਜੀ ਹਾਂਜੀ ਬਿਲਕੁਲ ਹੈਗੀ ਹੈ ਜੀ ਜੀ ਅਸੀਂ ਤੁਹਾਨੂੰ ਐਫ ਆਰ ਦੀ ਕਾਪੀ ਵੀ ਸਾਂਝੀ ਕਰਦੇ ਹਾਂ ਤਾਂ ਤੁਸੀਂ ਵੇਖੋ ਫਿਲਹਾਲ ਇਹ ਪਰਿਵਾਰਕ ਮੈਂਬਰ ਇੱਥੇ ਮੌਜੂਦ ਨੇ ਤਾਂ ਤੁਸੀਂ ਵੇਖੋ ਕਿ ਇੱਥੇ ਜਿਹੜੇ ਇਹਨਾਂ ਨਾਲ ਗੱਲਬਾਤ ਅਸੀਂ ਕਰ ਰਹੇ ਹਾਂ ਪਰ 10 ਸਾਲ ਦੇ ਬੱਚੇ ਦੇ ਉੱ ਬੜਾ ਇੱਕ ਹਾਸੋਹੀਨੀ ਮਾਮਲਾ ਹੈ ਸਰ ਤੁਹਾਨੂੰ ਪੁੱਛਿਆਗਾ ਬੱਚੇ ਦੀ ਉਮਰ ਪੁੱਛੀ ਗਈ ਸੀ ਇਹ ਤੁਹਾਡੇ ਕੋਲ ਐਸਐਚਓ ਸਾਹਮਣੇ ਅਗਰ ਕੋਈ ਵੀ ਪਰਚਾ ਦਰਜ ਕੀਤਾ ਸਨਾਖਤ ਕੀਤੀ ਜਾਂ ਤੁਹਾਡੇ ਕੋਈ ਇਨਵੈਸਟੀਗੇਸ਼ਨ ਕੀਤੀ ਤੁਹਾਡੇ ਘਰ ਦਾ ਐਡਰੈਸ ਲਿੱਤਾ ਤੇ ਪਰਚੇ ਦੇ ਬੱਚੇ ਦੀ ਡੇਟ ਤੇ ਪੁੱਛੀ ਹੋਏਗੀ ਨਹੀਂ ਬਿਲਕੁਲ ਮੈਨੂੰ ਇੰਨਾ ਜ਼ਰੂਰ ਪੁੱਛਿਆ ਮੈਂ ਆ ਯਾ ਮੇਰਾ ਬੱਚਾ ਛੋਟਾ ਬੱਚਾ ਆ ਤੇ ਇਹ ਦੇ ਅੱਜ ਮੈਂ ਉਹਨਾਂ ਨੂੰ ਆਪ ਦੱਸਿਆ ਆ ਇਹਨਾਂ ਇਹ ਬੱਚੇ ਦੀ ਉਮਰ ਅੱਜ ਵੀ 11 ਸਾਲ ਆ 10 ਤੋਂ 11 ਸਾਲ ਇਹ ਛੋਟਾ ਬੱਚਾ ਆ ਤੇ ਬਸ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀ ਪਰਿਵਾਰਕ ਮੈਂਬਰ ਇਸ ਵੇਲੇ ਬੈਠੇ ਨੇ ਤੇ ਲੋਕ ਵੀ ਇੱਥੇ ਇਲਾਕੇ ਦੇ ਇਕੱਠੇ ਹੋਏ ਨੇ ਤਾਂ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਕਾਰਵਾਈ ਕੀਤੀ ਜਾਵੇ ਤਾਂ ਫਿਲਹਾਲ ਜਿਹੜਾ ਪਰਚਾ ਦਰਜ ਕੀਤਾ ਗਿਆ ਇਸ ਤੋਂ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਇੱਕ ਛੋਟੇ ਦੇ ਬੱਚੇ ਤੇ ਕਿਵੇਂ ਪਰਚਾ ਦਰਜ ਕਰ ਦਿੱਤਾ ਗਿਆ ਤਾਂ ਤੁਸ ਨੂੰ ਅਸੀਂ ਐਫ ਆਈ ਆਰ ਦੀ ਕਾਪੀ ਵੀ ਸਾਂਝੀ ਕਰ ਰਹੇ ਹਾਂ ਜਿਹੜੇ ਪਰਿਵਾਰਕ ਮੈਂਬਰ ਇਸ ਲਈ ਰੱਖੇ ਹੈ ਤੇ ਤੁਸੀਂ ਵੇਖੋ ਕਿ ਨਾਂ ਤੇ ਜਦੋਂ ਕੋਈ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤਾਂ ਵੇਰਵਾ ਲਿਖਿਆ ਜਾਂਦਾ ਹੈ ਉਹਦਾ ਨਾਮ ਵੀ ਲਿਖਿਆ ਜਾਂਦਾ ਉਹਦੇ ਨਾਲ ਨਾਲ ਉਹਦੀ ਏਜ ਵੀ ਲਿਖੀ ਜਾਂਦੀ ਹੈ ਲੇਕਿਨ ਇੱਥੇ ਕਿਸੇ ਤਰ੍ਹਾਂ ਦਾ ਹਵਾਲਾ ਨਹੀਂ ਦਿੱਤਾ ਗਿਆ ਸਰ ਇਹ ਕੀ ਸਮਝੋਗੇ ਪੁਲਿਸ ਦੀ ਨਾਕਾਮੀ ਹੈ ਕਿ ਜਾਂ ਪੁਲਿਸ ਇੱਕ ਆਪਣਾ ਨੰਬਰ ਬਣਾਉਣ ਵਾਸਤੇ ਇਸ ਤਰ੍ਹਾਂ ਦਾ ਕੰਮ ਕਰ ਰਹੀ ਹੈ ਬਿਲਕੁਲ ਜੀ ਇਹ ਨਾਕਾਮੀ ਆ ਕੋਈ ਵੈਰੀਫਾਈ ਨਹੀਂ ਕੀਤਾ ਤੇ ਸਿਰਫ ਇੱਕ ਪੰਨਾ ਸਿਆਸੀ ਰੰਜਸ ਕੱਢਣ ਖਾਤਰ ਇਹਨੇ ਮੇਰੇ ਤੇ ਪਰਚਾ ਕੀਤਾ ਗਿਆ ਬੱਚੇ ਤੇ ਐਸਚੂ ਦੀ सस्पेंशन ਨਹੀਂ ਮੰਗ ਕਰਦੇ ਬਿਲਕੁਲ ਜੀ ਐਂ ਤਾਂ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੇ ਨਾ ਇਨਸਾਫ ਮਿਲਿਆ ਫਿਰ ਫਿਰ ਅਸੀਂ ਕੋਰਟ 'ਚ ਜਾਵਾਂਗੇ ਜੀ ਅਗਲਾ ਲੜੇ ਕੋਰਟ 'ਚ ਹੀ ਆ ਫਿਰ ਮੈਂ ਕੋਰਟ 'ਚ ਜਾਵਾਂਗਾ ਕਿਉਂਕਿ ਪਹਿਲਾਂ ਵੀ ਇਹਨਾਂ ਪੁਲਿਸ ਦੇ ਸਾਡੇ ਐਵੇਂ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਆ ਤੇ ਹੋਰ ਸਾਡੇ ਕੋਲ ਹਾਲ ਹੀ ਰਾਏਣਾ ਜੀ ਫਿਰ ਕੋਰਟ 'ਚ ਹੀ ਆ ਜੇ ਨਾਂ ਸੁਣਵਾਈ ਹੋएगी ਸਾਡੇ ਕੋਲ ਕਿਤੇ ਸਰ ਤੁਸੀਂ ਜਿਹੜਾ ਹੈਗਾ ਕਿ ਇਸ ਤਰ੍ਹਾਂ ਦਾ ਮਾਮਲਾ ਬਹੁਤ ਜ਼ਿਆਦਾ ਬਦਨਾਮੀ ਹੋ ਜਾਂਦੀ ਹੈ ਪਿੰਡਾਂ 'ਈ ਗੱਲ ਕਰੀ ਕੇ ਪਰਚਾ ਹੋ ਗਿਆ ਬਿਲਕੁਲ ਬਿਲਕੁਲ ਜੀ ਸਾਰੇ ਸਵੇਰ ਦੇ ਕਿੰਨੇ ਫੋਨ ਆਈ ਜਾ ਰਹੇ ਆ ਅਖਬਾਰ ਆ ਜੱਗਬਾਣੀ ਦੀ ਅਖਬਾਰ ਦੇ ਉੱਤੇ ਫੋਟੋ ਕਵਰ ਲੱਗੀ ਸੀਗੀ ਸਾਰੇ ਪੁੱਛ ਰਹੇ ਵੀ ਕੀ ਬਣਿਆ ਕੀ ਚੱਕਰ ਹੈਗਾ ਕਿਸੇ ਨੂੰ ਕੋਈ ਪਤਾ ਵੀ ਨਹੀਂ ਕਹਿ ਵੀ ਰਹੇ ਆ ਫੋਟੋ ਪੁਰਾਣੀ ਆ ਜਦ ਉਦੋਂ ਦੀ ਤੁਹਾਨੂੰ ਮੈਂ ਫੋਟੋ ਸਾਂਝੀ ਕਰਾਂ ਤੇ ਉਦੋਂ ਮੈਂ ਮੋਨਾ ਸੀਗਾ ਜੀ ਅੱਜ ਮੈਂ ਜਾ ਕੇ ਦਿਖਾਇਆ ਵੀ ਐਸਐਚਓ ਸਾਹਿਬ ਨੂੰ ਮਿਲਿਆ ਵੀ ਹੈ گا ਮੈਂ ਵੀ ਤੁਸੀਂ ਵੈਰੀਫਾਈ ਕਰ ਲਓ ਮੈਂ ਵੈਰੀਫਾਈ ਕਰ ਲਿਆ ਕੋਈ ਵੀ ਪਰਚਾ ਨਹੀਂ ਹੁੰਦਾ ਪਰ ਪਰਚਾ ਕਰਕੇ ਉਹਨਾਂ ਨੇ ਜਿਹੜੀ ਅਖਬਾਰ ਦੇ ਵਿੱਚ ਦੇ ਦਿੱਤੀ ਗਈ ਅਖਬਾਰ ਤੋਂ ਉਹਨਾਂ ਦੇ ਲਈ ਕਾਰਵਾਈ ਦੀ ਮੰਗ ਕਰਦੇ ਹਾਂ ਬਿਲਕੁਲ ਜਾਣਦੇ ਜੀ ਪਰਚਾ ਕੈਂਸਲ ਕੀਤਾ ਜਾਵੇ ਵੈਰੀਫਾਈ ਕਰਕੇ ਨਹੀਂ ਕਰਦੇ ਤਾਂ ਫਿਰ ਅਸੀਂ ਜੋ ਹਟ ਕੋ ਕਾਨੂੰਨੀ ਕਾਰਵਾਈ ਹੋਏਗੀ ਅਸੀਂ ਕਰਾਂਗੇ ਜੀ ਬਿਲਕੁਲ ਤਾਂ ਇਹਨਾਂ ਪਰਿਵਾਰਕ ਮੈਂਬਰ ਤਾਂ ਤੁਸੀਂ ਵੇਖੋ ਕਿ ਇੱਕ 10 ਸਾਲ ਦੇ ਬੱਚੇ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਔਰ ਉਹ ਇਸ ਬੱਚਾ ਜਿਸ ਵੇਲੇ ਜਿਸ ਵੇਲੇ ਦੀ ਤਸਵੀਰ ਜਿਹੜੀ ਹੈ ਉਹ ਉਸ ਵੇਲੇ 7 ਸਾਲ ਦਾ ਸੀ ਕਿਉਂਕਿ 2015 ਦੀ ਤਸਵੀਰ ਜਿਹੜੀ ਹੈ ਉਹ ਨਾਲੋਂ ਸਾਂਝੀ ਕੀਤੀ ਗਈ ਹੈ ਤਾਂ 4 ਤੋਂ 5 ਸਾਲ ਦੇ ਬੱਚੇ ਦੀ ਉਮਰ ਸੀ ਤਾਂ ਇਹ ਫੋਟੋ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਤੁਸੀਂ ਦੇਖੋ 2015 ਬਕਾਇਦਾ ਤੌਰ ਦੇ ਉੱਤੇ ਡੇਟ ਵੀ ਲਿਖੀ ਹੈ ਤਾਂ 15 ਦੀ ਤਸਵੀਰ ਹੈ ਉਹ ਜਿਹੜੀ ਹੈ ਇਸ ਬੱਚੇ ਦੀ ਤਸਵੀਰ ਸੀ ਲੇਕਿਨ ਉਹਦੇ ਉੱਤੇ ਜਿਹੜਾ ਇਸ ਬੱਚੇ ਦੇ ਹੀ ਪਰਚਾ ਦਰਜ ਕੀਤਾ ਗਿਆ ਤੇ ਲੇਕਿਨ ਵੱਡਾ ਸਵਾਲ ਹੈ ਕਿ ਆਖਰਕਾਰ ਇਸ ਤਰ੍ਹਾਂ ਦੇ ਮਾਮਲੇ ਕਿਉਂ ਕਿਉਂਕਿ ਪੁਲਿਸ ਇਸ ਤਰ੍ਹਾਂ ਦੇ ਕੰਮ ਕਰਨ ਦੇ ਵਿੱਚ ਕਿਉਂ ਇੰਨੀ ਤੇਜ਼ੀ ਦਿਖਾਉਂਦੀ ਹੈ ਕਿਉਂਕਿ ਅਕਸਰ ਜਦੋਂ ਕੋਈ ਕ੍ਰਾਈਮ ਹੁੰਦਾ ਹੈ ਤਾਂ ਪੁਲਿਸ ਦਾ ਢਿੱਲਾ ਰਵਈਆ ਸਾਹਮਣੇ ਆਂਦਾ ਹੈ ਲੇਕਿਨ ਇਸ ਵਾਰ ਇੱਕ ਬਹੁਤ ਵੱਡੀ ਗਲਤੀ ਜਿਹੜੀ ਹੈ ਪੰਜਾਬ ਦੀ ਉਹ ਪੁਲਿਸ ਜਿਹਦੇ ਡੀਜੀਪੀ ਇੱਕ ਪ੍ਰੋਫੈਸ਼ਨਲ ਪੁਲਿਸ ਦਾ ਨਾਮ ਦਿੰਦੇ ਨੇ ਉਸ ਪ੍ਰੋਫੈਸ਼ਨਲ ਪੁਲਿਸ ਦੇ ਆ ਜਾਏ ਹਾਲਾਤ ਨੇ ਕਿ ਇੱਕ ਬੱਚੇ ਦੇ ਉੱਤੇ ਵੀ ਗਨ ਕਲਚਰ ਦੇ ਤਹਿਤ ਪ੍ਰਚਾਰ ਦਰਸ ਕੀਤਾ ਜਾ ਰਿਹਾ ਹੈ ਕੈਮਰਾਮੈਨ ਅਜੀਤ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ